बी यू स्टैंड फॉर वेल्थ, ठीक है जी। ए नु ਤੁਸੀਂ ਕਨੈਕਟ ਕਰਨਾ ਹੈ ਸੀ ਯੂ ਨੂੰ, ਆਪਾਂ ਸਿੰਨੋ ਮਸ਼ੀਨ ਆਈ ਰੱਖ ਲੈਣੀ ਹੈ ਜੀ, ਆ ਰੱਖ ਲਿਆ ਹਾਂ ਜੀ। ਮੈਂ ਆਪਣੇ ਮੂਵ ਦੇ ਰੱਖ ਠੀਕ ਹੈ, ਕਿੱਥੇ ਰੱਖ ਲਈ ਇਹਨੂੰ ਕਨੈਕਟ ਕਰਨਾ ਹੈ ਇਹਦੇ ਨਾਲ, ਠੀਕ ਹੈ ਇਹਨੂੰ ਕਨੈਕਟ ਕਰਨਾ ਹੈ ਇਹਦੇ ਨਾਲ, ਠੀਕ ਹੈ ਜੀ। ਪਹਿਲੇ ਇਹ ਸਿੱਧਾ ਡਾਇਰੈਕਟ ਕਨੈਕਟ ਹੁੰਦਾ ਸੀਗਾ ਇਹਦੇ ਨਾਲ, ਹਾਂ ਇਹ ਚੀਜ਼ ਨਹੀਂ ਹੁੰਦੀ ਸੀ। ਇਹ ਇਲੈਕਸ਼ਨ ਕਮਿਸ਼ਨ ਨਵੀਂ ਇੰਟਰੋਡਿਊਸ ਕੀਤੀ ਹੈ, ਉਹਦਾ ਕਾਰਨ ਜਿਹੜਾ ਵੋਟਰ ਕਹਿੰਦਾ ਕਿ ਮੈਂ ਮੰਨ ਲਓ 2 ਨੰਬਰ ਨੂੰ ਵੋਟ ਪਾਈ ਹੈ, ਉਹਦਾ ਪ੍ਰੂਫ ਇਹਦੇ ਵਿੱਚੋਂ 2 ਨੰਬਰ ਕਿਤੇ ਨਿਕਲੇਗੀ ਜਿਹੜੀ ਵਿੱਚ ਗਿਰ ਜਾਏਗੀ ਮਿਲੇਗੀ ਨਹੀਂ, ਉਹ ਚੈੱਕ ਕਰ ਸਕਦਾ ਕਿ ਵਾਕਈ ਮੈਂ 2 ਬੰਦੇ ਨਾਲ 2 ਨੰਬਰ ਵਾਲੇ ਨੂੰ ਪਾਈ ਸੀ, 2 ਨੰਬਰ ਨੂੰ ਵੋਟ ਪੈ ਗਈ, ਰਾਈਟ ਕਨਫਰਮ ਕਰ ਲਓ। ਇਹਨੂੰ ਆਪਾਂ ਨੂੰ ਵੋਟ ਕਰਨਾ ਚਾਹੀਦਾ, ਇਹਦੇ ਆਊਟਪੁੱਟ ਕਿਤੇ ਚ ਪਏਗੀ, ਠੀਕ ਹੈ। ਥੱਲੇ ਦਾ ਬੈਟਰੀ ਕੰਪਾਰਟਮੈਂਟ ਹੈ, ਤੁਸੀਂ ਇਹਨੂੰ ਛੇੜਨਾ ਨਹੀਂ, ਬੈਟਰੀ ਪਾਈ ਹੋਏਗੀ, ਠੀਕ ਹੈ ਜੀ। ਇੱਥੇ ਬਸ ਟੈਗ ਲਾ ਕੇ ਇਹਨੂੰ ਬੰਦ ਕਰ ਦਿਓ, ਠੀਕ ਹੈ। ਇੱਥੇ ਚੈੱਕ ਕਰਨਾ ਤੁਸੀਂ ਦੇਖੋ 2 ਯੂਨਿਟ ਬਣੇ, 1 and 2 ਹੋਏ, ਠੀਕ ਹੈ ਜੀ। ਇਹਨੂੰ ਤੁਸੀਂ ਛੇੜਨਾ ਨਹੀਂ, 1 ਨੰਬਰ 'ਤੇ ਹੀ ਹੋਏਗਾ। 2 ਦਾ ਪਰਪਸ ਇਹ ਹੈ, ਕਈ ਵਾਰੀ ਪੰਜਾਬ 'ਚ ਵੈਸੇ ਪੋਸੀਬਿਲਿਟੀ ਨਹੀਂ ਹੈ 16 ਤੋਂ ਵੱਧ ਕੈਂਡੀਡੇਟ ਹੋਣ, ਅਤੇ ਇਹ 2 ਲੱਗਣਗੇ, ਇਹ 1 ਲੱਗੇਗੀ, ਇਹ ਐਨ 10-12 ਨੰਬਰ ਤੱਕ ਸਪੋਰਟ ਕਰ ਸਕਦੀ ਹੈ, ਪਰ ਆਪਾਂ ਨੇ ਪੰਜਾਬ ਦੇ ਵਿੱਚ 1 ਹੀ ਲੱਗੇਗੀ, ਠੀਕ ਹੈ। ਇਹ 1 ਤੇ ਹੈ, ਆਹ ਵੀ ਦੇਖੋ ਤੁਸੀਂ ਉੱਪਰ ਧਿਆਨ ਰੱਖੋ, ਇਹ ਚੀਜ਼ ਇੱਕ ਰੱਖੋ, ਓਕੇ। 1 ਤੇ ਹੈ, 1 ਤੇ ਹੈ, ਇਹਨੂੰ ਇਧਰ ਰੱਖੋ, ਕਰੋ ਤੁਸੀਂ ਕਰੋ, ਰੈਡ ਵਾਲੇ ਪਾਸੇ ਰੈਡ, ਇਹਨੂੰ ਐਦਾਂ ਨਹੀਂ ਪਕੜਨਾ, ਕਲਿੱਕ ਕਲਿੱਕ ਕੇ ਲਿਆਓ ਜੀ, ਇਹ ਕਲਿੱਕ ਹੋ ਗਿਆ ਨਾ, ਇਹ ਜਦੋਂ ਵੀ ਤੁਸੀਂ ਇਹ ਮਸ਼ੀਨ ਖੇਡਣਾ ਕਰਨਾ ਹੈ, ਇਹ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਹੋਣੀ ਚਾਹੀਦੀ ਹੈ, ਉਹਦਾ ਪਰਪਸ ਹੈ ਜਦੋਂ ਵੀ ਟਰਾਂਸਪੋਰਟੇਸ਼ਨ ਮੋਡ ਦੇ ਵਿੱਚ ਹੋਏਗੀ, ਇਹਦੀ ਬੈਟਰੀ ਕੰਜ਼ੂਮ ਨਹੀਂ ਹੋਈ, ਇਹ ਬੰਦ ਨਹੀਂ ਕਰ ਸਕਦੇ, ਆਫ ਹੈ। ਜਦ ਤੁਸੀਂ ਇਹਨੂੰ ਆਨ ਕਰੋਗੇ, ਇਹਨੂੰ ਹੁਣ ਆਨ ਨਹੀਂ ਕਰਨਾ, ਇਹਨੂੰ ਤੁਸੀਂ ਕਨੈਕਟ ਕਰੋ, ਇਹ ਇਹਦੇ ਨਾਲ ਜੁੜ ਗਿਆ ਜੀ, ਇਹ ਇਹਦੇ ਨਾਲ ਜੁੜ ਗਿਆ, ਸੇਮ ਉਹੀ ਰੈਡ ਔਰ ਬਲੈਕ ਨਹੀਂ, ਆ ਗਈ ਬਸ, ਇਹਨੂੰ ਥੋੜ੍ਹਾ ਜਿਹਾ ਖੁੱਲ੍ਹਾ ਰਹਿਣ ਦਿਓ, ਆਪਾਂ ਆਨ ਕਰਨੀ ਹੈ, ਜੁੜ ਗਿਆ ਜੀ ਬਟਨ ਉੱਥੇ, ਹੁਣ ਤੁਸੀਂ ਇਹਨੂੰ ਆਨ ਕਰੋ, ਉੱਪਰ ਨੂੰ ਹੈ ਜੀ, ਬੜੇ ਮਸ਼ੀਨ ਆਪਣਾ ਟੈਸਟ ਚੈੱਕ ਆਪਣੇ ਲੈਵਲ 'ਤੇ ਆਪ ਕਰੇਗੀ, ਅਤੇ ਚੈੱਕ ਕਰੇਗੀ ਇਹ ਸਾਰੇ ਯੂਨਿਟਸ ਇਹਨਾਂ ਦਾ ਟੈਸਟ ਹੈ, ਕੋਈ ਐਰਰ ਤਾਂ ਨਹੀਂ, ਬੈਟਰੀ ਕਿੰਨੀ ਹੈ, ਤੁਹਾਨੂੰ ਸਭ ਕੁਝ ਦੱਸੇਗੀ, ਕੋਈ ਵੀ ਐਰਰ ਹੋਏਗੀ ਤੁਹਾਨੂੰ ਇੱਥੇ ਡਿਸਪਲੇ ਹੋਏਗੀ, ਟਾਈਮ ਮਿਲੇਗੀ ਥੋੜ੍ਹਾ ਜਿਹਾ, ਅਜੇ ਇਸ ਤਰ੍ਹਾਂ ਦੀ ਪੋਜੀਸ਼ਨ 'ਚ ਬੰਦ ਹੈਗਾ, ਹਾਂ ਜਦੋਂ ਇਹ ਚੱਲ ਰਿਹਾ, ਹੁਣ ਤੁਸੀਂ ਜਿਵੇਂ ਚੱਲ ਰਿਹਾ ਇਹਨੂੰ ਆਨ ਕਰ ਦਿਓ, ਇਹਨੂੰ ਮਤਲਬ ਖੜੇ ਰੁਕ ਹੋ ਜਾਏਗਾ ਜੋ ਆਨ, ਹਾਂ ਲਿਖਿਆ ਪਰ ਜਦੋਂ ਤੁਸੀਂ ਇਹਨੂੰ ਆਨ ਕਰੋਗੇ ਇਹ ਮਸ਼ੀਨ ਕੀ ਕਰੇਗੀ, ਆਟੋਮੈਟਿਕਲੀ 7 ਪਰਚੀਆਂ ਡਿਸਪਲੇ ਕਰੇਗੀ, ਇਹਦੇ ਐਂਡ 'ਤੇ ਨਾ ਇੱਕ ਪਰਚੀ 'ਤੇ ਲਿਖਿਆ ਹੋਏਗਾ ਰਿਜ਼ਲਟ ਪਾਸ, ਉਹ ਧਿਆਨ ਨਾਲ ਪੜ੍ਹ ਲਈਓ, ਬਸ ਆਏਗਾ ਉਹ, ਦੇਖੋ ਰਿਜ਼ਲਟ ਪਾਸ, ਇਹ ਆਪਣਾ ਟੈਸਟ ਚੈੱਕ ਕਰ ਰਿਹਾ, 7 ਪਰਚੀਆਂ ਕੱਢੇਗੀ ਸੈਂਪਲ ਦੇ ਤੌਰ 'ਤੇ, ਪਾਸ ਲਿਖਿਆ ਆ ਰਿਹਾ, ਬਸ ਠੀਕ ਹੈ। ਹੁਣ ਤੁਸੀਂ ਇੱਧਰ ਵੀ ਧਿਆਨ ਰੱਖੋ, ਇਹ ਮਸ਼ੀਨ ਦੱਸ ਰਹੀ ਹੈ ਤੁਹਾਨੂੰ ਆਟੋਮੈਟਿਕਲੀ 16 ਕੈਂਡੀਡੇਟ ਸੈੱਟ ਕੀਤੇ ਹੋਏ, ਇਹ ਪਿੱਛੋਂ ਤੁਹਾਨੂੰ ਕੀਤੇ ਹੋਏ ਮਿਲਣਗੇ, 16 ਇੱਥੇ, 16 ਹੀ ਇੱਥੇ, ਓਕੇ ਠੀਕ ਹੈ। ਬੈਟਰੀ ਦੱਸ ਰਿਹਾ 26% ਹੈ, ਘੱਟ ਹੈ ਬੈਟਰੀ ਦੀ, ਓਕੇ। ਹੁਣ ਯੂਨਿਟ ਡਿਸਕਵਰ ਕਰ ਰਹੀ ਹੈ, ਦੋਨੋਂ ਅਟੈਚ ਹੈ ਇਹਦੇ ਨਾਲ, ਇਹਨੇ ਲੱਭ ਲਿਆ ਜੀ ਬੀ ਯੂ ਵਨ ਟੈਸਟਿੰਗ, ਬੀ ਯੂ ਓਕੇ ਹੈ, ਇਹਨੂੰ ਚੈੱਕ ਕਰ ਰਹੇ ਓਕੇ, ਈ ਵੀ ਐਮ ਬੈਟਰੀ, ਠੀਕ ਹੈ ਜੀ। ਹੁਣ ਤਾਂ ਹੀ ਤੁਸੀਂ ਆਪਣੇ ਵੱਲ ਮੂਵ ਕਰ, ਇਹ ਦੋਨੋਂ ਕੰਪਾਰਟਮੈਂਟ ਸੇਮ ਇੱਦਾਂ ਪੋਜੀਸ਼ਨ ਦੇ ਵਿੱਚ, ਜਿਹੜਾ ਵੋਟਿੰਗ ਕੰਪਾਰਟਮੈਂਟ ਹੈ ਜਿੱਥੇ ਪਰਦਾ ਲੱਗਾ ਹੁੰਦਾ ਉੱਥੇ ਇਹ ਪਏ ਹੋਣਗੇ ਦੋਨੋਂ ਮਸ਼ੀਨ ਦਾ, ਇਹ ਹੋਏਗਾ ਏ ਪੀ ਆਰ ਦੇ ਕੋਲ, ਉਸ ਤੋਂ ਪਹਿਲੇ ਨਾਲ ਹੀ ਬੈਠਾ ਹੁੰਦਾ, ਜਦੋਂ ਪੋਲਿੰਗ ਵਾਲੇ ਸ਼ਾਹੀ ਲਾ ਕੇ ਪਹਿਲੇ ਵਾਲੇ ਬੰਦੇ ਚੈੱਕ ਕਰਨਾ, ਉਹਨੇ ਦੇਖਣਾ ਕਿ ਵਾਕਈ ਵੋਟ ਪਰਚੀ ਹੈਗੀ ਇਹਦੇ ਕੋਲ, ਬੰਦਾ ਰਜਿਸਟ ਕਰਦਾ ਵੋਟ ਵਾਲਾ, ਵੋਟ ਪਾ ਕੇ ਉਹਦੀ ਸ਼ਾਹੀ ਲਾ ਕੇ 2 ਨੰਬਰ ਵਾਲੇ ਨੇ ਏ ਪੀ ਆਰ ਕੋਲ ਭੇਜ ਦਿੰਦਾ, ਏ ਪੀ ਆਰ ਨੇ ਇੱਥੋਂ ਬੈਲਟ ਇਸ਼ੂ ਕਰਨਾ, ਜਦੋਂ ਬੈਲਟ ਇਸ਼ੂ ਕਰੋਗੇ ਇੱਥੇ ਲਾਈਟ ਜਗੇਗੀ, ਮੀਨਸ ਇਹ ਤਿਆਰ ਹੈ ਵੋਟ ਪਾਉਣ ਲਈ। ਏ ਪੀ ਆਰ ਨੂੰ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ, ਜਦੋਂ ਏ ਪੀ ਆਰ ਓ ਨੇ ਵੋਟ ਬੈਲਟ ਦੱਬਣਾ, ਨਾਲ ਹੀ ਜਿਹੜਾ ਬੰਦਾ ਜਾ ਰਿਹਾ ਵੋਟ ਪਾ ਲਈ, ਉਹਨੂੰ ਕਹਿ ਦੇਣਾ ਕਿ ਭਾਈ ਸਾਹਿਬ ਥੋੜ੍ਹਾ ਵਿਜੀਲੈਂਟ ਰਹਿ ਕੇ ਨਾ ਧਿਆਨ ਨਾਲ, ਜਦੋਂ ਕਿ ਬਟਨ ਦੱਬੋਗੇ ਤਾਂ ਇਸ ਟਾਈਮ ਇੱਥੇ ਜ਼ਰੂਰ ਦੇਖ ਲੈਣਾ, ਤਾਂ ਕਿ ਉਹਨੂੰ ਕੋਈ ਡਾਊਟ ਨਾ ਰਹੇ ਮਨ ਦੇ ਵਿੱਚ ਕਿ ਜੀ ਬਾਅਦ 'ਚੋਂ ਕਹਿੰਦੇ ਮੈਂ 2 ਪਾਇਆ ਸੀਗਾ ਜੀ, ਪਰਚੇ 'ਤੇ 4 ਲਿਖਿਆ ਆ ਗਿਆ, ਨਹੀਂ ਥੋੜ੍ਹਾ ਧਿਆਨ ਨਾਲ ਦੇਖ ਲਈਏ, ਚਾਹੇ ਬਜ਼ੁਰਗ ਹੋਵੇ, ਦੇਖਣ ਦੇ ਵਿੱਚ ਤਾਂ ਸਾਨੂੰ ਪਤਾ ਲੱਗਦਾ ਹੀ ਹੈ ਨਾ, ਬੰਦਾ ਅਨਪੜ੍ਹ ਵੀ ਹੈ, ਦਿਖ ਤਾਂ ਜ਼ਰੂਰ ਸਕਦਾ, ਕਿਆ ਸਿੰਬਲ ਬਣਿਆ, ਮੰਨ ਲਓ ਭਾਜਪਾ ਦਾ ਸਿੰਬਲ ਹੈ, ਅਕਾਲੀ ਦਲ ਦਾ ਸਿੰਬਲ ਹੈ, ਆਮ ਆਦਮੀ ਪਾਰਟੀ ਦਾ ਸਿੰਬਲ ਹੈ, ਸਿੰਬਲ ਦਿਖ ਰਿਹਾ ਮੈਨੂੰ, ਬਸ ਤੁਸੀਂ ਇੱਥੋਂ ਮੈਂ ਬੈਲਟ ਇਸ਼ੂ ਕਰਨ ਲੱਗਾ, ਹਾਂ ਕਰਤਾ ਜੀ, ਤੁਸੀਂ ਇੱਥੋਂ ਕੋਈ ਵੀ ਵੋਟ ਪਾਓ, ਸੀਰੀਅਲ ਨੰਬਰ ਨੋਟ ਕਰ, ਬਾਈ ਚਾਂਸ ਇੱਥੇ ਲੱਗਾ ਨਹੀਂ ਹੋਇਆ, ਕੋਈ ਪਾ ਲੱਗੀ ਸਿਸਟਮੈਟਿਕ ਪਤਾ ਲੱਗ ਜਾਏਗਾ, ਠੀਕ ਹੈ ਜੀ। ਆ ਦੇਖੋ ਇੱਥੇ ਇੱਕ ਆਏਗਾ, ਆ ਗਿਆ ਜੀ, ਇੱਕ ਆ ਗਿਆ, ਉਹ ਅੱਗੇ ਅਲਫਾ ਆ ਗਿਆ, ਅਲਫਾ ਬੀਟਾ ਗਾਮਾ ਕੋਡ ਹੈ, ਠੀਕ ਠੀਕ
ਮਤਲਬ ਜੇ ਅਦਰਵਾਈਜ਼ ਇੱਥੇ ਜੇ ਚਲੋ ਅਲਫਾ ਬੀਟਾ ਜੇ ਇੱਥੇ ਮੰਨ ਲਓ ਕਮਲ ਦਾ ਫੁੱਲ ਹੋਵੇ ਜਿਹੜੀ ਪਾਰਟੀ ਦੇ ਕੈਂਡੀਡੇਟ ਦਾ ਨਾਮ ਲਿਖਿਆ ਉਹਦਾ ਚੋਣ ਨਿਸ਼ਾਨ ਲੱਗਾ ਉਹਦਾ ਵੀ ਚੋਣ ਨਿਸ਼ਾਨ ਚੋਣ ਨਿਸ਼ਾਨ ਵੀ ਇੱਥੇ ਆਏਗਾ ਇੱਥੇ ਵੀ ਚੋਣ ਨਿਸ਼ਾਨ ਹੀ ਆਏਗਾ ਚੋਣ ਨਿਸ਼ਾਨ ਆਏ ਕਿਉਂਕਿ ਪ੍ਰਧਾਨ ਪੜ੍ਹਾ ਉਹਨੂੰ ਚੋਣ ਨਿਸ਼ਾਨ ਦਾ ਤਾਂ ਪਤਾ ਹੈ ਨਾ ਕਿ ਮੇਰਾ ਚੋਣ ਨਿਸ਼ਾਨ ਕੀ ਹੈ ਉਹ ਉੱਥੇ ਚੋਣ ਨਿਸ਼ਾਨ ਤੇ ਜੇ ਨੋਟਾ ਦੱਬ ਦਿੰਦਾ ਫਿਰ ਹਾਂ ਕੋਈ ਗੱਲ ਨਹੀਂ ਫਿਰ ਨੋਟਾ ਦਾ ਵੀ ਚੋਣ ਨੰਬਰ ਆ ਜਾਏਗਾ ਬੈਟਰੀ ਕੰਜ਼ੂਮ ਨਾ ਕਰੇ ਬਸ ਬੜੀ ਦੇਰ ਆ ਗਈ ਕੋਈ ਗੱਲ ਨਹੀਂ ਇੰਨੀ ਦੇਰ ਚ ਵੀ ਹੋਇਆ ਹਾਂ ਦੇਖ ਜਾਂਦਾ ਹਾਂ ਜੀ ਸਰ ਇਹ ਹੋ ਗਿਆ ਆਪਣਾ ਪ੍ਰੋਟੋਕੋਲ ਵੀ ਇਹ ਹੋ ਗਿਆ ਇੱਕ ਵਾਰ ਨੋਟਾ ਦੱਬੋ ਨੋਟਾ ਦੇ ਦੇ ਇੱਕ ਵਾਰ ਨੋਟਾ ਦੱਬੋ ਉਧਰ ਕਰਕੇ ਆ ਬੈਠ ਕੇ ਸ਼ੁਰੂ ਕਰੋ ਨੋਟਾ ਦੱਬੋ ਜੀ ਥੱਲੇ ਵਾਲਾ ਆ ਗਿਆ ਉਹ ਸੁਆ ਕਾਂਟਾ ਆ ਗਿਆ ਉਹ ਸਰ ਕਾਂਟਾ ਇਹਨਾਂ ਵਿੱਚੋਂ ਕੋਈ ਨਹੀਂ ਪੰਜਾਬੀ ਲਿਖਿਆ ਕੋਈ ਨਹੀਂ ਕਾਂਟਾ ਹੀ ਹੋਣਾ ਠੀਕ ਕਾਂਟਾ ਹੀ ਰਹਿਣਾ ਸਾਰੇ ਰਕਮ ਹੈ ਚੋਣ ਨਿਸ਼ਾਨ ਸੋਣ ਹੋ ਗਿਆ ਸਿਰਫ ਸਿਰਫ ਇੱਕ ਪ੍ਰੋਸੈਸ ਹੈ ਇੱਕ ਤਾਂ ਪਹਿਲੀ ਗੱਲ ਤੁਸੀਂ ਇਹ ਗਰੰਟੀ ਨਾਲ ਯਾਦ ਕਰਕੇ ਰੱਖ ਲਓ ਕਿ ਇਹਨੂੰ ਤੁਸੀਂ ਬਿਲਕੁਲ ਨਹੀਂ ਖੋਲ੍ਹਣਾ ਜੋ ਮਰਜ਼ੀ ਹੋਈ ਨੋਟ ਬਾਈ ਐਨੀ ਮੀਨਸ ਲੇਟ ਹੋ ਜਾਂਦੇ ਆ ਕੰਮ ਸਵੇਰੇ ਨਹੀਂ ਉੱਠਿਆ ਜਾਂਦਾ ਜਾਂ ਨਹੀਂ ਪਾ ਸਕਦੇ ਫਿਫਟੀ ਤੋਂ ਘੱਟ ਵੀ ਕਰ ਲਓ ਜਸਟ ਫੋਰ ਸੈਟੀਸਫੈਕਸ਼ਨ ਕਹਿਣ ਕੇ ਜੀ ਮੈਂ ਤਾਂ 50 ਪਾਉਣੀ ਸੀ ਤੁਸੀਂ 10 ਦੇ ਵਿੱਚ ਕੰਮ ਅਗਰ ਏਜੰਟ ਪੜ੍ਹੇ ਲਿਖੇ ਹੈ ਸਮਝਦਾਰ ਹੈ ਉਹਨਾਂ ਨੂੰ ਪਤਾ ਕਿ ਆਪਾਂ ਸਿਰਫ ਵਰਕਿੰਗ ਚੈੱਕ ਕਰਨੀ ਹੈ ਕਿ ਵਾਕਈ ਤਿੰਨੋਂ ਮਸ਼ੀਨਾਂ ਕੰਮ ਕਰ ਰਹੀਆਂ ਕੁਝ ਗਲਤ ਗੜਬੜੀ ਨਹੀਂ ਹੈਗੀ ਤਾਂ ਉਹ 10 ਵੋਟਾਂ ਨਾਲ ਵੀ ਹੋ ਸਕਦਾ ਉਹ 10 ਵੋਟਾਂ ਜਿਹੜੀਆਂ ਹੈਗੀਆਂ ਤੁਸੀਂ ਕਾਗਜ਼ 'ਤੇ ਲਿਖ ਲਓ ਜਿਹੜੇ ਆਪਾਂ ਨੂੰ 5 ਪਾਈਆਂ ਜ਼ਰੂਰੀ ਨਹੀਂ ਉਸ ਤੋਂ ਬਾਅਦ ਤੁਸੀਂ ਚੈੱਕ ਕਰੋਗੇ ਤੁਹਾਨੂੰ ਮਸ਼ੀਨ ਓਕੇ ਕਰ ਦੇਗੀ ਕਿ ਇੱਕ ਨੂੰ 5 ਹੀ ਪਈਆਂ 2 ਨੂੰ 4 ਹੀ ਪਈਆਂ ਉਹ ਪਰਚੀਆਂ ਤੁਸੀਂ ਕੱਢ ਲੈਣੀਆਂ ਇਹ 'ਚੋਂ ਅੱਛਾ ਉਹ ਪਰਚੀਆਂ ਕੱਢ ਲੈਣੀਆਂ ਮੌਕ ਕੋਲੋਂ ਕੱਢ ਕੇ ਇੱਕ ਇਨਵੈਲਪ ਮਿਲੇਗਾ ਬਕਾਇਦਾ ਉਹਦੇ ਵਿੱਚ ਤੁਸੀਂ ਫਿੱਟ ਕਰਨੀ ਹੈ ਤੁਸੀਂ ਲਿਫਾਫੇ 'ਚ ਪਾ ਦੇਣੀ ਹੈ ਪਾ ਕੇ ਉਹਨੂੰ ਸੀਲ ਕਰਕੇ ਸਟੈਂਪ ਲਾ ਦੇਣੀ ਲਾਕ ਦੀ ਉਹਨੂੰ ਵਰਤ ਕਰਕੇ ਰੱਖ ਦੇਣੀ ਉਹਦੇ ਬਾਅਦ ਲਿਖਿਆ ਹੋਏਗਾ ਮੌਕ ਪੋਲ ਸਲਿਪਸ ਉਹਦੇ ਵਿੱਚ ਕਾਊਂਟ ਨਹੀਂ ਹੋਏਗੀ ਸੀ ਆਰ ਸੀ ਤੁਹਾਨੂੰ ਭਾਈ ਸਾਹਿਬ ਨੇ ਦੱਸ ਹੀ ਦਿੱਤਾ ਉਹ ਆਪਾਂ ਕਰ ਹੀ ਦੇਣਾ ਇਸ ਤੋਂ ਬਾਅਦ ਬੰਦ ਕਰ ਦੇਣਾ ਉਹ ਬਾਅਦ ਹਾਂ ਫਿਰ ਆਪਾਂ ਸੀਲਾ ਲਾ ਦੇਣੀ ਮੌਕ ਪੋਲ ਕਰਕੇ ਇਹ ਮੌਕ ਪੋਲ ਤੋਂ ਬਾਅਦ ਹੁਣ ਲਾਸਟ ਵਿੱਚ ਦੱਸ ਟੋਟਲ ਲੈ ਕੇ ਕਰਨਾ ਕਿ ਸਭ ਲਾਸਟ ਤੇ ਨਹੀਂ ਹੁਣ ਮੌਕ ਪੋਲ ਦੀ ਟੋਟਲ ਇਹਨੀ ਇੰਨੀ ਮਿਲੀ ਕਿ ਇਹਨੂੰ ਪਹਿਲਾਂ ਆਪਾਂ ਉਹ ਤੋਂ ਬਾਅਦ ਹੀ ਗੱਲ ਦੱਸ ਦੇ ਦੇਖੋ ਇਹ ਤਿੰਨ ਵੋਟਾਂ ਪਾ ਰਹੇ ਹਾਂ ਤਾਂ ਜਦੋਂ ਆਪਾਂ ਕਲੋਜ਼ ਕਰ ਲੈਂਦੇ ਹਾਂ ਹਾਂ ਠੀਕ ਕਰਤਾ ਉਸ ਤੋਂ ਬਾਅਦ ਟੋਟੋ ਗਏ ਰਿਜ਼ਲਟ ਵੇ ਲੋਣ ਉਸ ਤੋਂ ਬਾਅਦ ਤਿੰਨ ਤੋਂ ਬਾਅਦ ਇਸ ਨੇ ਮੌਕ ਪੋਲ ਤੱਕ ਹੀ ਹੈ ਹਾਂ ਮੌਕ ਤੋਂ ਬਾਅਦ ਸਿਲਾ ਲੱਗ ਜਾਣੀ ਹੈ ਹਾਂਜੀ ਹਾਂਜੀ ਤਾਂ ਸੀ ਆਸੀ ਹੋਣਾ ਹੀ ਨਹੀਂ ਪਹਿਲਾਂ ਕਲੋਜ਼ ਹੀ ਹੋਣਾ ਹੈ ਜੀ ਘੰਟੇ ਬਾਅਦ ਦਾ ਟੋਟਲ ਦੇਖੀ ਜਾਈਦਾ ਜੀ ਹਾਂ 17 ਸੀ ਜਾਂ ਮਿਲਦਾ ਕਲੋਜ਼ ਹੋ ਗਿਆ ਨਾ ਉਸ ਤੋਂ ਬਾਅਦ ਸੀ ਆਸੀ ਕਰਨਾ ਰਿਜ਼ਲਟ ਵੀ ਵੇਖਣਾ ਫਿਰ ਜਾ ਕੇ ਲਾਸਟ ਇੱਕ ਕਲੀਅਰ ਕਰਕੇ ਫਿਰ ਇਹਨੂੰ ਜਿਹੜਾ ਜੇ ਆਪਾਂ 13 ਵੋਟਾਂ ਪਾਈਆਂ ਸੀਗੀਆਂ ਉਹਦਾ ਇਹ ਆ ਗਿਆ ਮੌਕ ਪੋਲ ਦਾ ਰਿਜ਼ਲਟ ਠੀਕ ਸਰ ਰਾਈਟ ਠੀਕ ਹੈ ਅੱਛਾ 16 ਨਹੀਂ ਕੈਂਡੀਡੇਟ 16 ਨੇ ਹਾਂ ਕੈਂਡੀਡੇਟ ਇੱਕ ਇੱਕ ਵਾਰ ਦੱਸੇਗਾ ਵੋਟਾਂ 14 ਪਈਆਂ 14 ਮੇਰੇ ਤੋਂ ਪਹਿਲੇ ਵੀ ਤੁਸੀਂ ਪਾ ਚੁੱਕੇ ਹੋ ਤਿੰਨ ਆਪਾਂ ਹੁਣ ਪਾਈਆਂ ਉਹਨੇ ਇਕੱਲੇ ਇਕੱਲੇ ਕੈਂਡੀਡੇਟ ਦੇ ਬਾਅਦ ਤੁਹਾਨੂੰ ਦੱਸ ਦੇਗਾ ਪੋਲਿੰਗ ਸਟਾਰਟ ਪੋਲਿੰਗ ਐਂਡ ਟਾਈਮ ਦੱਸ ਰਿਹਾ ਤੁਸੀਂ ਜਦੋਂ ਮਸ਼ੀਨਾਂ ਲੈਣੀਆਂ ਵੀ 18 ਤਰੀਕ ਨੂੰ ਸਵੇਰੇ ਜਦੋਂ ਕਿੰਨਾ ਦੇ ਮਸ਼ੀਨ ਨੰਬਰ ਜਦੋਂ ਮੈਚ ਕਰ ਲੈਣਾ ਤਾਂ ਤੁਹਾਨੂੰ ਰਿਸੀਵਿੰਗ ਕਰਾਉਣਗੇ ਮਸ਼ੀਨਾਂ ਤੁਸੀਂ ਨੋਟ ਕਰ ਲਓ ਬਈ ਬੜੇ ਥਾਵਾਂ 'ਤੇ ਉਹ ਫਿੱਟ ਹੋਣਗੇ ਹੋਣਗੇ ਡਿਫਰੈਂਟ ਤੁਸੀਂ ਪਰਫਾਰਮੇ ਭਰੋਗੇ ਨਾ ਪਤਾ ਨਹੀਂ ਕਿਹੜੇ ਹੋਣਗੇ ਕਿੰਨਾ ਦੇ ਸੇਵ ਹੋਣਗੇ ਕੈਂਡੀਡੇਟ 2 ਨੰਬਰ ਵੋਟਾਂ ਪਈਆਂ ਇੱਕ ਇੱਕ ਕਰਕੇ ਦੱਸ ਦੇਗਾ ਜੀ ਸਾਰਾ ਸ਼ੁਕਰੀਆ 3 ਨੰਬਰ ਕੈਂਡੀਡੇਟ ਨੂੰ 2 ਵੋਟਸ
16 ਦੇ ਕੋਲ ਈ ਪੀ ਆਰ ਨੂੰ ਬਾਅਦ ਤੁਸੀਂ ਇਹ ਜ਼ਰੂਰ ਜ਼ਰੂਰ ਦੱਸ ਦੇਣਾ ਵੋਟਿੰਗ ਕੰਪਾਰਟਮੈਂਟ ਜਾਣ ਤੋਂ ਪਹਿਲੇ ਕਿ ਭਾਈ ਸਾਹਿਬ ਇਹ ਤੁਹਾਡੀ ਸਹੂਲਤ ਦੇ ਲਈ ਆਪਾਂ ਚੀਜ਼ ਬਣਾਈ ਹੈ ਨਵੀਂ, ਇਹਦੇ ਉੱਪਰ ਕਿਰਪਾ ਕਰਕੇ ਧਿਆਨ ਦੇਣ ਔਰ ਉਹਨੂੰ ਦੇਖ ਲੈਣ, ਕਿਉਂਕਿ ਕਈ ਬੰਦੇ ਬਾਅਦ 'ਚੋਂ ਕਹਿ ਦਿੰਦੇ ਜੀ ਮੈਂ ਤਾਂ ਦੇਖਿਆ ਨਹੀਂ, ਮੈਂ ਤਾਂ ਭੁੱਲ ਗਿਆ ਕਿ ਮੈਨੂੰ ਤੁਸੀਂ ਪਰਚੀ ਕੱਢ ਕੇ ਦਿਖਾਓ, ਮੈਂ ਯਕੀਨ ਨਹੀਂ ਕਰਦਾ ਤੁਹਾਡੇ 'ਤੇ। ਮੈਨੂੰ ਕਹੋ ਜੀ ਤੁਸੀਂ ਆਪੇ ਪੜ੍ਹੇ ਲਿਖੇ ਹੈਗੇ ਹੋ, ਜੇ ਤੁਸੀਂ ਪੜ੍ਹੇ ਲਿਖੇ ਵੀ ਨਹੀਂ ਹੈਗੇ ਤੁਸੀਂ ਐਟਲੀਸਟ ਸਿੰਬਲ ਤਾਂ ਮਿਲਾ ਹੀ ਸਕਦੇ ਹੋ ਨਾ, ਤੁਹਾਨੂੰ ਅਲਾਊਡ ਨਹੀਂ ਜਾਣਾ ਪਰ ਵੋਟਰ ਨੂੰ ਅਲਾਊਡ ਹੈ। ਵੋਟਰ ਜਦੋਂ ਜਾਏਗਾ ਉਹਨੂੰ ਤਾਂ ਇੱਥੇ ਬਟਨ ਦੱਬ ਕੇ ਦੋ ਤਿੰਨ ਵਾਰੀ ਮੈਂ ਦੱਬਣ ਦੀ ਕੋਸ਼ਿਸ਼ ਕਰੇਗਾ, ਨਹੀਂ ਦੱਬਿਆ ਜਾਏਗਾ। ਇੱਕ ਵਾਰ ਜਿਹੜਾ ਬਟਨ ਦੱਬਤਾ ਉਹੀ ਰਹੇਗਾ, ਅਤੇ ਇੱਥੇ ਫਟਾਫਟ ਦੇਖ ਲਵੇ ਤਾਂ ਕਿ ਉਹਨੂੰ ਯਕੀਨ ਹੋ ਜਾਵੇ ਕਿ ਮੈਂ ਤੈਨੂੰ ਪਾਈ ਸੀ ਅਤੇ ਤੈਨੂੰ ਪੈ ਗਿਆ, ਜੋ ਕਿ ਆਰਗੂਮੈਂਟਬਾਜ਼ੀ ਨਾ ਹੋਵੇ। ਬੈਟਰ ਹੁਣ ਮੋਕ ਪੋਲ ਜਿਹੜਾ ਜੀ ਇੱਕ ਘੰਟੇ ਤੋਂ ਜ਼ਿਆਦਾ ਦਾ ਪ੍ਰੋਸੈਸ ਹੈਗਾ ਜੀ, ਅਸੀਂ 50 ਵੋਟਾਂ ਪਾਈਏ ਤੁਸੀਂ ਘੱਟ ਪਾ ਲਓ, ਤੁਸੀਂ 30 ਪਾ ਲਓ, ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਹੈ, ਅਗਰ ਤੁਹਾਡੇ ਏਜੰਟ ਸਹਿਮਤ ਹੈ ਤਾਂ 20 ਪਾ ਲਓ। ਨਹੀਂ ਉਹ ਕਹਿੰਦੇ ਨੇ ਕਿ ਤੁਸੀਂ ਆਪਣੀ ਜਿਹੜੀ ਹੈ ਤੁਹਾਡੀ ਹੈਗੀ ਹੈ ਜਿੱਥੇ ਸੰਭਾਲਣਾ ਹੈ ਉਸ 50 ਵੋਟ ਹੋਣੀ ਚਾਹੀਦੀ ਹੈ। ਨਹੀਂ ਉਹ ਜ਼ਰੂਰੀ ਨਹੀਂ ਹੈਗਾ ਜੀ, ਦੇਖੋ ਜੇ ਤੁਸੀਂ ਮੰਨ ਲਓ ਕਿਸੇ ਕਾਰਨ ਕਰਕੇ ਤੁਹਾਡੀ ਵੋਟਿੰਗ 7 ਵਜੇ ਤੋਂ ਸ਼ੁਰੂ ਕਰਨੀ ਹਰ ਹਾਲ ਦੇ ਵਿੱਚ, ਜੀ ਜੀ, ਤੁਸੀਂ ਸਟਾਰਟਿੰਗ ਕਰਨ 'ਚ ਲੇਟ ਹੋ ਜਾਂਦੇ ਹੋ, ਤਾਂ ਇਹ ਤਾਂ ਨਹੀਂ ਕਿ ਤੁਸੀਂ ਮੌਕ ਪੋਲ ਦੇ ਚੱਕਰ 'ਚ ਵੋਟਾਂ ਪਾਉਣੀ 8 ਵਜੇ ਸ਼ੁਰੂ ਕਰੋ, 7 ਵਜੇ ਰਾਈਟ ਤੁਸੀਂ ਵੋਟਾਂ ਪਾਉਣੀ ਸ਼ੁਰੂ ਕਰਦੇ ਨਹੀਂ, ਜੇ ਉਹਦੇ ਲਈ ਤੁਹਾਨੂੰ ਸੈਟਿਸਫੈਕਸ਼ਨ ਕਰਨ ਲਈ 15 ਮਿੰਟ ਮਿਲਦੇ ਆ, 20 ਮਿੰਟ ਮਿਲਦੇ ਆ, 10 ਮਿੰਟਾਂ ਦਾ ਵੀ ਤੁਹਾਡੇ ਏਜੰਟ ਖੁਸ਼ ਹੁੰਦੇ ਆ, ਪੋਲਿੰਗ ਏਜੰਟ ਦੀ ਸੈਟਿਸਫੈਕਸ਼ਨ, ਏਜੰਟ ਕਲੀਅਰ ਹੈ, ਏਜੰਟ ਨੂੰ ਕੋਈ ਸ਼ੱਕ ਨਹੀਂ ਹੈਗਾ ਕਿਸੇ ਮਨ 'ਚ ਕਿਸੇ ਵੀ ਪਾਰਟੀ ਦੇ ਏਜੰਟ ਨੂੰ, ਤੇ ਫਿਰ ਡਿਲੀਟ ਹੋ ਰਹੀਆਂ ਜੇ ਮੌਕ ਪੋਲ ਇਜ਼ ਜਸਟ ਫਾਰ ਸੈਟਿਸਫੈਕਸ਼ਨ ਆਫ ਪੋਲਿੰਗ ਏਜੰਟ, ਪੋਲਿੰਗ ਡਿਲੀਟ ਹੋ ਗਿਆ ਨਾ, ਤਾਂ ਮਸ਼ੀਨ 0 ਹੈ, ਜੀਰੋ ਹੈ, ਸ਼ੋ ਕਰੇਗਾ ਸਾਰੇ ਕੈਂਡੀਡੇਟ ਨੂੰ 0 ਹੈ, ਠੀਕ ਹੈ, ਤੁਸੀਂ ਕਲੀਅਰ ਕਰ ਦੋਗੇ ਨਾ ਫਿਰ ਉਹ ਕੈਂਡੀਡੇਟ ਸ਼ੋ ਕਰੇਗਾ ਸਾਰੀ ਵੋਟਾਂ ਡਿਲੀਟ ਹੋ ਗਈਆਂ, ਪਹਿਲਾਂ ਉਹਨੇ ਸ਼ੋ ਕੀਤੀਆਂ ਨੇ 14 ਵੋਟਾਂ, ਉਹ ਸਾਰਿਆਂ ਦੇ 0 ਸ਼ੋ ਕਰੇਗਾ, ਸਭ ਦੇ 0 ਸ਼ੋ ਕਰੇਗਾ, ਇਹੀ ਤੁਸੀਂ ਮੌਕ ਪੋਲ 'ਚ ਦਿਖਾਣਾ ਏਜੰਟ। ਮਤਲਬ ਇਹ ਵੀ ਜਿਹੜੀ ਸਵੇਰੇ ਆਪਾਂ ਡੱਬੀ 'ਚ ਪਾਉਣੀਆਂ ਵੋਟਾਂ ਉਹਦੇ 'ਚ 7 ਉਹ ਅਤੇ 20 ਭਾਵੇਂ ਹੋਰ ਹੋਣਾ ਨਾ, 27 ਹੋ ਸਕਦੀ ਹੈ। ਇਹ ਵੇਖੋ ਹੁਣ ਕੈਂਡੀਡੇਟ 1-0, ਸਾਰਿਆਂ ਦੇ 0 ਸ਼ੋ ਦਿਖਾ ਦੇਣੀ, ਚਾਹੇ ਤੁਸੀਂ 25 ਵੋਟਾਂ ਦਿਖਾ ਦਿਓ, ਚਾਹੇ ਉਹਨੂੰ 50 ਨਾਲ ਸੈਟਿਸਫਾਈ ਕਰਾ ਦਿਓ, ਪਰ ਇਹਦੇ 1 ਘੰਟੇ ਤੋਂ ਵੀ ਜ਼ਿਆਦਾ ਦਾ ਪ੍ਰੋਸੈਸ ਆ, ਜੇ ਅਸੀਂ 50 ਵੋਟਾਂ ਪਾਈ ਲਓ ਨਾ, ਤੁਹਾਡੀ ਸੈਟਿਸਫੈਕਸ਼ਨ ਹੋ ਜਾਵੇ ਕਿ ਵਾਕਈ ਵੋਟਾਂ ਨੂੰ ਜਿਹਨੂੰ ਪਾਈਆਂ ਸੀ ਉਹਨੂੰ ਪੈ ਰਹੀਆਂ, ਅਤੇ ਕਾਗਜ਼ 'ਤੇ ਨੋਟ ਕਰ ਲਓ ਬਸ, ਠੀਕ, ਫੋਰ ਸੈਟਿਸਫੈਕਸ਼ਨ ਆਫ ਏਜੰਟ, ਕਿ ਦੇਖੋ ਭਾਈ 1 ਨੰਬਰ ਨੂੰ ਮੈਂ 7 ਪਾਈਆਂ ਸੀ ਅਤੇ ਮਸ਼ੀਨ ਵੀ 7 ਹੀ ਕਹਿ ਰਹੀ ਹੈ। ਜਿਹੜਾ ਮੇਲ ਫੀਮੇਲ ਨੋਟ ਕਰਨ ਦਾ ਪ੍ਰੋਸੀਜਰ ਹੈ ਉਹ ਤਾਂ ਦੇਸੀ ਹੋਈ ਹੈ ਨਾ, ਪੇਪਰ ਦੇ ਉਹ ਆਪਣੇ ਕਨਵੀਨੈਂਸ ਉਹ ਵੋਟਰ ਕੁਝ ਹਿਸਾਬ ਨਾਲ ਹੈ, ਉਹ ਤਾਂ ਮਸ਼ੀਨ ਦਾ ਕੋਲੇ ਆ ਨਹੀਂ, ਉਹਨਾਂ ਕੋਈ ਨਹੀਂ, ਮਸ਼ੀਨ ਦੇ ਫੋਲਡ ਦੱਸਣੀ ਹੈ, ਉਹ ਪੇਪਰ ਦੇ ਟੈਕ ਕਰ ਲਓ ਫੀਮੇਲ ਦੇ ਮੇਲ, ਹਾਂ ਉਹ ਤੁਸੀਂ ਸੈਪਰੇਟ ਕਰ ਲਓ, ਚਲੋ ਕੋ ਪਹਿਲੇ ਬੀਐਲ ਨੂੰ ਇਹੀ ਕੰਮ ਕਰਨਾ, ਪਹਿਲੇ ਪੀਓ ਨੇ ਇਹੀ ਕੰਮ ਕਰਨਾ, ਜਿਹੜਾ ਪੁਲਿੰਗ ਅਫਸਰ ਹੈ ਉਹ ਨੋਟ ਹੀ ਕਰਨਾ ਹੈ ਮੇਲ ਜੀ ਕਿਹੜਾ, ਸ਼ਾਇਦ ਐਪਲੀਕੇਸ਼ਨ ਤੇ ਸੈਂਡ ਕਰ ਲਈਏ ਤੁਸੀਂ ਇਨਫੋਰਮੇਸ਼ਨ। ਸਰ ਇੱਕ ਬੇਨਤੀ ਹੈਗੀ ਆ ਕਿ ਸੁਵਿਧਾ ਵਾਸਤੇ ਜਿਹੜੇ ਪੰਜਾਬ ਦੇ ਵੋਟਰ ਨੇ, ਜੇ ਆਪਾਂ ਥੋੜ੍ਹਾ ਜਿਹਾ ਦੁਬਾਰਾ ਇਹਨੂੰ ਇੱਧਰੋਂ ਜਿਹੜੀ ਬਟਨ ਕਿੱਚ ਪਾਉਣੀ ਜ਼ਰਾ ਮੈਂ ਦਿਖਾ ਦਿੰਦਾ, ਹਾਂ ਦਾ ਵੀ ਥੋੜ੍ਹਾ ਇੱਧਰ ਹੋਇਆ ਰੱਖ ਲਈ ਦੇਸ ਪਿਆ, ਕਲੀਅਰ ਤਾਂ ਕਰਕੇ ਕੁਝ ਹੋ ਜਾਂਦਾ, ਮੈਂ ਬੰਦ ਨਹੀਂ ਕਰਦਾ, ਇਹ ਹੈ ਜੀ ਆਪਣਾ ਕੰਟਰੋਲ ਯੂਨਿਟ, ਇਹ ਹੈਗਾ ਆਪਣਾ ਬੈਲਟ, ਇਹਨੂੰ ਤੁਸੀਂ ਇਹਦੇ ਨਾਲ ਕਨੈਕਟ ਕਰਨਾ, ਇਹਨੂੰ ਤੁਸੀਂ ਇਹਦੇ ਨਾਲ ਕਨੈਕਟ ਕਰਨਾ, ਠੀਕ ਹੈ ਜੀ, ਇਹਦੀ ਆਊਟਪੁੱਟ ਆ ਤਾਰ ਜਾ ਰਹੀ ਹੈ, ਤਾਰ ਆਊਟਪੁੱਟ ਕੱਢ ਕੇ ਕਰਾਂ ਵਿੱਚ ਪਾ ਦਿਓ, ਇੱਕ ਮਿੰਟ ਕਲੋਜ਼ ਹੋ ਲੈ, ਇਹਨੂੰ ਕਲੋਜ਼ ਕਰ ਲਓ, ਕਿੰਨੀ ਰਹਿ ਗਈਆਂ ਜੀ, ਬਸ 14,000, 14,000 ਦੋ ਰਹਿ ਗਏ, ਬਸ ਹੋਰ ਬੰਦ ਕਰਕੇ ਨਾ ਦੁਬਾਰਾ ਟੈਸਟ ਕਰ, ਬਾਰ ਬਾਰ ਇਹਨੂੰ ਆਨ ਆਫ ਕਰੋਗੇ ਨਾ ਇਹ ਉਹਨੇ ਪੇਪਰ ਦੇ ਬੇਸਿਸ ਕਰੇਗੀ, ਇਹ 7 ਪਰਚੀਆਂ ਤੇ ਕੱਢੀ ਜਾਣੀ, ਕੱਢੀ ਜਾਣੀ,
ਡੂਰਿੰਗ ਦੀ ਪੋਲ ਤੈਨੂੰ ਬੰਦ ਕਰ ਹੀ ਨਹੀਂ ਸਕਦੇ, ਡੂਰਿੰਗ ਦੀ ਪੋਲ ਬੰਦ ਕਰਤਾ ਤਾਂ ਸਲਿੱਪ ਨਿਕਲ ਨਹੀਂ ਵਿੱਚੋਂ ਇਹਦੀ, ਤੁਹਾਡੇ ਐਰਰ ਆਈ ਨਹੀਂ ਕਿ ਇੱਥੇ ਵੋਟ ਪੈ ਗਈ, ਇਹਦੇ ਵਿੱਚ ਸ਼ੋਅ ਕਰੇਗਾ ਇੱਥੇ ਤੁਹਾਡੀ ਪਰਚੀ ਨਹੀਂ ਆਈ, ਪਰਚੀ ਨਹੀਂ, ਡੂਰਿੰਗ ਦੀ ਵੋਟ ਨਹੀਂ ਕਰਨਾ, ਵੋਟ ਸ਼ੁਰੂ ਹੋਣ ਤੋਂ ਪਹਿਲੇ ਜੋ ਕੁਝ ਤੁਸੀਂ ਕਰਨਾ ਕਰੋ ਬਸ। ਸਰੀ ਇੱਕ ਨਾ ਡਿਸਕਨੈਕਟ ਕਰੋ ਫਿਰ ਦਵਾ ਦਿਓ ਨੰਬਰ 2 ਉੱਪਰ ਹੈ ਗਲਤੀ ਬੈਟਰੀ ਪਤਾ ਕੀ ਹੈ, ਇਹਦੇ ਨਾਲ ਕਨੈਕਟਡ ਆ, ਇਹ ਬੰਦ ਹੀ ਹੋਏਗਾ, ਇਹ ਬੰਦ ਹੋਏਗਾ, ਇਹ ਬੰਦ ਹੀ ਹੋਏਗਾ, ਇੱਥੇ ਧਾਗੇ ਧਾਗੇ ਲੱਗੇ ਹੋਣਗੇ ਬਸ, ਤੁਸੀਂ ਖੇਡਣਾ ਨਹੀਂ, ਠੀਕ ਹੈ ਠੀਕ ਹੈ ਜੀ। ਇਹ ਟਰਾਂਸਪੋਰਟੇਸ਼ਨ ਮੋਡ ਸੀਗੀ, ਇਹਨੂੰ ਕਰਤਾ ਆਪਾਂ ਵਰਕਿੰਗ ਮੋਡ 'ਚ, ਜਦੋਂ ਵਰਕਿੰਗ ਕਰਨਾ ਫਿਰ 7 ਪ੍ਰਤੀਆਂ ਜਦੋਂ ਸਾਨੂੰ ਸਰ ਜਦੋਂ ਸਾਨੂੰ ਉੱਥੋਂ ਮਿਲਣੀ ਹੈ ਇਹ ਦੂਜੀ ਟਰਾਂਸਪੋਰਟੇਸ਼ਨ ਸ਼ੋ ਮਲੇ ਦਾ ਬਟਨ ਬਟਨ ਕੋਈ ਨਹੀਂ, ਸਿਰਫ ਉਹ ਪੈਰਲਲ ਹੋਰੀਜ਼ੋਨਟਲ ਵਰਕਿੰਗ ਲਗਾ ਦੋ, ਸਟੈਂਡਿੰਗ ਮਸ਼ੀਨ ਪੈਡ ਦਾ ਜੇ ਕੰਟਰੋਲ ਯੂਨਿਟ ਨਾਲ ਲੱਗ, ਇਹਨੂੰ ਆਪਾਂ ਇਹ ਚਲਾਤਾ, ਇਹਨੂੰ ਆਪਾਂ ਇਹ ਚਲਾਤਾ, ਲੱਗ ਗਏ ਫਿਰ ਆਨ ਕਰਤਾ, ਆ ਵੀ ਆਨ ਹੋ ਗਈ, ਆਨ ਹੋ ਜਣੀ ਨਾਲ ਹੋ ਗਈ ਸਟਾਰਟ ਦੋਵਾਂ ਦੀ ਇਧਰੋਂ ਸ਼ੁਰੂ ਹੋਈ, ਇਹਦੇ ਨਾਲ ਕੰਟਰੋਲ ਯੂਨਿਟ ਆਨ ਹੋਏਗਾ ਤੇ ਉਹ ਆਪਣੇ ਆਪ ਆਨ ਹੋ ਜਾਂਦੀ, ਠੀਕ ਹੈ ਜੀ। ਇਹ ਹੁਣ 7 ਪ੍ਰਤੀਆਂ ਫਿਰ ਕੱਢੂ, 7 ਪ੍ਰਤੀਆਂ ਕੱਢੇਗੀ, ਰਿਜ਼ਲਟ ਪਾਸ ਲਿਖਿਆ ਹੋਏਗਾ ਹਰ 25 ਜਨ ਰਿਜ਼ਲਟ ਪਾਸ, ਬਸ ਇਹ ਚੀਜ਼ ਤੁਸੀਂ ਧਿਆਨ, 7 ਨੇ ਕੱਢਣੀਆਂ ਕੱਢਣੀਆਂ ਨੇ, ਇਹਨੇ ਕੱਢਣੀਆਂ ਕੱਢਣੀਆਂ, ਇਹਦਾ ਜਦੋਂ ਵੀ ਆਪਾਂ ਨੂੰ ਕੱਢਣੀਆਂ ਕੱਢਣੀਆਂ ਨੇ ਕੱਢਣੀਆਂ, ਠੀਕ ਹੈ ਸਰ, ਬਹੁਤ ਜ਼ਿਆਦਾ ਕਲੀਅਰ ਹੋ ਗਿਆ, ਠੀਕ ਹੈ, ਹਾਂ ਬੰਦੇ ਦਾ ਕਲੀਅਰ ਹੋ ਗਿਆ, ਮੇਨ ਚੀਜ਼ ਇਹੀ ਹੈ, ਹੋਰ ਕੋਈ ਇਹਦਾ ਬਹੁਤ ਵੱਡਾ ਕੋਈ ਹਾਰਡ ਐਂਡ ਫਾਸਟ ਹੋਣੀ ਹੈ, ਬਾਕੀ ਤਾਂ ਤੁਸੀਂ ਪਲਾਨੀਆਂ ਸ਼ਹਿ ਲਾਣੀ ਹੈ ਉਹ ਤਾਂ ਕੰਮ ਨਹੀਂ, ਬਸ ਠੀਕ ਹੈ ਬੰਦ ਕਰਕੇ ਸੋ ਇਹਨਾਂ ਦੀ ਫਿਲਮ ਫਿਲਮ ਬਣ ਲਾਂਦੇ ਜੀ ਪੂਰੀ, ਇਹ ਬਣਾ ਰਹੇ ਨੇ, ਚਲੋ ਤਲਾਰ ਜੀ ਚਲੀ ਗਈ, ਕੋਈ ਵੀ ਐਰਰ ਹੋਏਗੀ ਆਪੇ ਦੱਸ ਦਿਓ, ਥੋੜਾ ਤੁਸੀਂ ਵੀ ਦੱਸ ਦਿਓ ਭਾਜੀ, ਆ ਜਾਓ ਸਰ ਭਾਈ, ਆ ਜਾਓ ਆ ਜਾਓ, ਇਹਨਾਂ ਵੀ ਬੈਡਿਟ ਆਉਂਦੇ ਕੁਛ ਚੀਜ਼, ਇਹਨਾਂ ਵੀ ਬੈਡਿਟ ਆਉਂਦੇ ਕੁਛ, ਸੀਲ ਬਾਰ ਦੱਸੋ ਫੇਰ ਦੱਸ ਦਿਓ, ਸੀਲ ਦਾ ਲੈ ਕੇ ਤੁਹਾਨੂੰ ਮੈਂ ਨੈਕਸਟ ਰੌਂਗ ਲਾ ਬਾਹਰ, ਚਲੋ ਇਹਨਾਂ ਨੂੰ ਪੁੱਛ ਲਓ ਸਰ, ਹਾਂ ਸੀਲ ਦਾ ਜਿਹੜਾ ਦੱਸ ਦਿਓ, ਸੀਲਾ ਹੰਗੀਆਂ ਸੀ ਐਸ ਸੀ ਦੇ ਬਾਰੇ ਲੈਕਚਰ ਦੇ ਆਉਂਦੇ ਆ, ਸਰ ਸੀਲਾ ਨਾਲ ਚਾਹੀਦੀ, ਸੀਲਾ ਨਾਲ ਚਾਹੀਦੀ ਆ, ਉਹਦੇ ਵਾਸਤੇ ਨਾਲ ਚਾਹੀਦੀ, ਉਹ ਉਹਨਾਂ ਦੇ ਪਾਕਟ 'ਚ ਰਹਿ ਗਈ ਬਿਲਕੁਲ, 12 ਤਰੀਕ ਦਾ ਲੈਕਚਰ ਮਿਸ ਨਾ ਕਰਨਾ, ਤੁਹਾਨੂੰ ਆਰਡਰ ਕਰ ਦੇਣਗੇ ਦੁਬਾਰਾ, ਤੁਹਾਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਦੁਬਾਰਾ ਸੀਲ ਦਾ, ਠੀਕ ਹੈ ਸਰ, ਮੇਰੀ ਗੱਲ ਸੀਲ ਕਿੱਥੋਂ ਲਾਣੀ ਹੈ, ਕਿੱਦਾਂ ਲਾਣੀ ਹੈ, ਕਿੱਦਾਂ ਲੈਟ ਸਰ ਦੁਬਾਰੇ ਆਣੀ ਹੈ, ਸਰ ਜੀ ਨੂੰ ਦੱਸੋ ਇੱਕ ਸਵਾਲ ਹੈਗਾ ਆਖਰੀ, ਕਿ ਇੱਕ ਪ੍ਰੈਜ਼ਾਈਡਿੰਗ ਅਫਸਰ ਨੂੰ ਜਾਂ APR ਨੂੰ ਕਿੰਨਾ ਕਿੰਨਾ ਗੱਲਾਂ ਦਾ ਖਿਆਲ ਖਾਸ ਰੱਖਣਾ ਪੈਂਦਾ ਬਰੀਫ 'ਚ, ਬਰੀਫ ਤਾਂ ਕਿਉਂਕਿ VVPAT ਦੀ VVPAT ਰਿਗਾਰਡਿੰਗ, ਹਾਂ ਹਾਂ VVPAT ਰਿਗਾਰਡਿੰਗ ਆਇਆ ਹੈ ਕਿ ਸਟਾਰਟ ਇਹਦੀ ਜਿਹੜੀ ਮੋਕ ਪੋਲ ਹੈ, ਮੋਕ ਪੋਲ ਤੋਂ ਸਟਾਰਟ ਕਰਦੇ ਹੋਏ ਜੀ ਉਹਨੂੰ, ਉਸ ਤੋਂ ਬਾਅਦ ਉਹਦਾ ਡਾਟਾ ਕਲੀਅਰ ਕਰਕੇ ਉਹਨੂੰ ਮਸ਼ੀਨਾਂ ਨੂੰ ਸੀਲਿੰਗ ਕਰ ਦਿਓ, ਮੋਕ ਪੋਲ ਦਾ ਡਾਟਾ ਚੰਗੀ ਤਰ੍ਹਾਂ ਆਪਣੇ ਕੋਲ ਰਿਜ਼ਰਵ ਕਰ ਲਓ ਅੱਛੀ ਤਰੀਕੇ ਨਾਲ, ਕਿਉਂਕਿ ਉਹ ਡਾਟਾ ਤੁਸੀਂ ਸਬਮਿਟ ਕਰਨਾ ਹੈ ਆਪਣੀ ਪੋਲਿੰਗ ਡਿਊਟੀ ਖਤਮ ਹੋਣ 'ਤੇ, ਉਹ ਡਾਟਾ ਨੂੰ ਸੇਵ ਕਰ ਲਓ, ਉਸ ਤੋਂ ਬਾਅਦ ਸੀਲਿੰਗ ਪ੍ਰੋਪਰ ਤਰੀਕੇ ਨਾਲ ਕੀਤੀ ਹੋਏਗੀ ਤਾਂ ਤੁਹਾਡੀਆਂ ਮਸ਼ੀਨਸ ਜਿਹੜੀ ਆ ਉਹਦੇ ਵਿੱਚ ਕੋਈ ਛੇੜਛਾੜ ਹੋਣ ਦਾ ਚਾਂਸ ਨਹੀਂ ਰਹੇਗਾ, ਇਹ ਚੀਜ਼ ਨੂੰ ਨਾ ਭੁੱਲੋ ਕਿ ਤੁਹਾਡੀ ਸਿਰਫ ਪੋਲਿੰਗ ਦੀ ਡਿਊਟੀ ਹੈ, ਤੁਹਾਡੀ ਕਾਊਂਟਿੰਗ ਦੀ ਡਿਊਟੀ ਨਹੀਂ, ਠੀਕ ਹੈ, ਜਿਹੜੀ ਤੁਸੀਂ ਸੀਲਿੰਗ ਕਰਨੀ ਹੈ ਉਹ ਕਾਊਂਟਿੰਗ ਦੀ ਐਕੂਰੇਸੀ 'ਤੇ ਡਿਪੈਂਡ ਕਰਦੀ ਹੈ, ਇਸ ਕਰਕੇ ਤੁਸੀਂ ਉਹਨੂੰ ਪ੍ਰੋਪਰ ਸੀਲ ਕੀਤਾ ਹੋਏਗਾ ਅਤੇ ਉਹ ਐਟ ਦੀ ਟਾਈਮ ਆਫ ਕਾਊਂਟਿੰਗ ਹੀ ਉਹਦੀਆਂ ਸੀਲਾਂ ਖੋਲਣੀ, ਠੀਕ ਹੈ, ਤੁਸੀਂ ਪੋਲਿੰਗ ਕਰਾ ਕੇ ਉਹ ਡਾਟਾ ਸਬਮਿਟ ਕਰ ਦੇਣਾ ਐਟ ਦੀ ਐਂਡ ਆਫ ਦੀ ਪੋਲਿੰਗ, ਬਸ ਠੀਕ ਹੈ, ਇਸ ਕਰਕੇ ਤੁਸੀਂ ਉਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਮੋਕ ਪੋਲ ਕਰਾਤੀ, ਉਸ ਤੋਂ ਬਾਅਦ ਸੀਲਿੰਗ ਅਤੇ ਟੈਗਿੰਗ ਪ੍ਰੋਪਰ ਕਰਕੇ ਅਤੇ ਫਿਰ ਆਪਣੀ ਪੋਲ ਸ਼ੁਰੂ ਕਰਾਉਣੀ ਹੈ ਤਾਂ ਕਿ ਉਹਦੇ ਵਿੱਚ ਕੋਈ ਵੀ ਛੇੜਛਾੜ।
ਪੋਲਿੰਗ ਦੀ ਮਸ਼ੀਨਾਂ ਸੀਲ ਹੋ ਗਈਆਂ, ਟੈਗਿੰਗ ਹੋ ਗਈ, ਫਿਰ ਉਸ ਤੋਂ ਬਾਅਦ ਪੋਲਿੰਗ ਕਰਾ ਦਿੱਤੀ ਸਾਰਾ ਦਿਨ, ਐਂਡ ਦੀ ਐਂਡ ਆਫ ਦੀ ਡੇ ਪੋਲਿੰਗ ਦਾ ਸਿਰਫ ਤੁਸੀਂ ਉਹ ਕਲੋਜ਼ ਬਟਨ ਪ੍ਰੈਸ ਕਰਨਾ ਅਤੇ ਮਸ਼ੀਨ ਜਿਹੜੀ ਆ ਉਹ ਕਲੋਜ਼ ਹੋ ਜਾਏਗੀ, ਉਹਨੂੰ ਮੁੜ ਕੇ ਡੀਟੈਚ ਕਰਕੇ ਉਹਨਾਂ ਦੇ ਪ੍ਰੋਪਰ ਬਕਸਿਆਂ ਦੇ ਵਿੱਚ ਦੁਬਾਰਾ ਪੈਕ ਕਰਕੇ ਅਤੇ ਤੁਸੀਂ ਆਪਣੀ ਐਂਡ ਆਫ ਦੀ ਪੋਲਿੰਗ ਡਿਊਟੀ ਤਾਂ ਹੀ ਕੰਪਲੀਟ ਕਰੋ। ਜੇ ਮਸ਼ੀਨ ਵੱਜ ਜਾਵੇ ਤਾਂ ਕੁਛ ਬੰਦ ਨਹੀਂ ਹੋਵੇਗੀ, ਕੋਈ ਸਟਾਰਟ ਹੋਈ ਤਾਂ ਬੰਦ ਵੀ ਹੋਏਗਾ। ਅੱਛਾ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਇਹ ਵੀ ਪੈਟ ਮਸ਼ੀਨ ਦੀ ਬੈਟਰੀ ਜਿਹੜੀ ਹੈ ਉਹ ਕੱਢ ਲੈਣੀ ਐਟ ਦੀ ਐਂਡ ਆਫ ਦੀ ਪੋਲ, ਕੱਢ ਲੈਣੀ ਵੀ ਪੈਟ ਓਨਲੀ ਸਿਰਫ ਤੁਸੀਂ ਅਗਲੇ ਸੈਸ਼ਨ ਦੱਸੋਗੇ ਜੀ? ਹਾਂ ਮੈਂ ਦੱਸਾਂਗਾ।